ਸਰਮਡ ਪ੍ਰੈਜ਼ੀਡੈਂਟ ਸਿਟੀ ਕਾਂਗਰਸ ਕਮੇਟੀ ਬਟਾਲਾ ਅਤੇ ਸਾਰੀ ਹੀ ਕਾਂਗਰਸ ਪਾਰਟੀ ਵੱਲੋਂ ਦੀਵਾਲੀ ਦੇ ਸ਼ੁਭ ਅਵਸਰ 'ਤੇ ਇਲਾਕਾ ਨਿਵਾਸੀ ਅਤੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ ਹਾਂ ਔਰ ਬੇਨਤੀ ਕਰਨਾ ਚਾਹੁੰਦਾ ਜਿਹੜਾ ਕਿ ਚਾਈਨਾ ਦਾ ਸਮਾਨ ਹੈ ਇਹ ਸ਼ਹਿਰ ਨਿਵਾਸੀ ਅਤੇ ਔਰ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਨਾ ਵੀ ਬਿਲਕੁਲ ਇਹਨੂੰ ਨਾ ਵਰਤੋ ਕਿਉਂਕਿ ਇਹ ਚਾਈਨਾ ਨੇ ਕੋਵਿਡ-19 ਜਿਹੜਾ ਹੈ ਸਾਡੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਜਾਂ ਵਰਲਡ ਦੇ ਵਿੱਚ ਸ਼ੁਰੂ ਕੀਤਾ ਇਹ ਚਾਈਨਾ ਦੀ ਦੇਣ ਹੈ ਆਪਾਂ ਇਸ ਤੋਂ ਗੁਰੇਜ਼ ਕਰੀਏ ਔਰ ਪ੍ਰਦੂਸ਼ਣ ਰਹਿਤ ਜਿਹੜੀ ਹੈ ਇਹ ਦੀਵਾਲੀ ਆਪਾਂ ਮਨਾਈਏ ਵਾਹਿਗੁਰੂ ਜੀ ਕਾ ਖਾਲਸਾ ਅਤੇ ਵਾਹਿਗੁਰੂ ਜੀ ਕੀ ਫਤਿਹ। ਸੰਤ ਫਰਾਂਸਿਸ ਸਕੂਲ ਬਟਾਲੇ ਕੀ ਔਰ ਸੇ ਸਭੀ ਦੇਸ਼ਵਾਸੀਓਂ ਕੋ ਦੀਵਾਲੀ ਕੀ ਸ਼ੁਭਕਾਮਨਾਏ। ਦੀਵਾਲੀ ਸਭ ਆਪਣੇ ਮਨ ਸੇ ਮਨਾਤੇ ਹੈ, ਖੁਸ਼ੀ ਬਾਂਟਨੇ ਕਾ ਸਮੇਂ ਹੈ, ਦੀਪਕ ਜਲਾ ਕੇ ਆਪਣਾ ਘਰ ਕੋ ਸਜਾਤੇ ਹੈ ਔਰ ਚਾਰੋਂ ਤਰਫ ਹਮ ਖੁਸ਼ੀ ਹੀ ਬਾਂਟਤੇ ਹੈ। ਲੇਕਿਨ ਇਸ ਸਾਲ ਐਸਾ ਮਾਹੌਲ ਹੈ, ਹਮਾਰੇ ਸਾਹਮਣੇ ਇੱਕ ਖਤਰਾ ਹੈ ਕਰੋਨਾ ਕਾ, ਇਸ ਲਈ ਹਮ ਕਾਫੀ ਸਤਰਕ ਰਹਿਣੇ ਕੀ ਜ਼ਰੂਰਤ ਹੈ। ਯਦਿ ਹਮ ਸਤਰਕ ਨਾ ਰਹੇ ਤੋ ਹਮਾਰੇ ਘਰ ਪਰ ਖੁਸ਼ੀ ਨਹੀਂ ਹੋਗਾ, ਹਮ ਦੁੱਖ ਚਾਰੋਂ ਤਰਫ ਹਮ ਬਾਂਟੇਂਗੇ। ਇਸ ਲਈ ਆਪ ਸਭੀ ਸੇ ਨਿਵੇਦਨ ਹੈ ਕਿ ਆਪ ਸਭੀ ਪ੍ਰਿਕੋਸ਼ਨਸ ਆਪ ਲੈ ਇਸ ਖੁਸ਼ੀ ਕਾ ਤਿਉਹਾਰ ਮਨਾਤੇ ਹੋਏ, ਜੈਸੇ ਮਾਸਕ ਪਹਿਨਣਾ ਹਮੇਸ਼ਾ, ਸੈਨੀਟਾਈਜ਼ਰ ਕੀ ਯੂਜ਼ ਕਰਨਾ ਹੈ ਔਰ ਕਰਾਊਡਡ ਪਲੇਸ ਸੇ ਆਪ ਦੂਰ ਹੀ ਰਹੇ। ਔਰ ਇੱਕ ਵਾਰ ਔਰ ਆਪ ਸਭਕੋ ਦੀਵਾਲੀ ਕੀ ਸ਼ੁਭਕਾਮਨਾਏ। ਮੈਂ ਰਮੇਸ਼ ਨਈਅਰ, ਉਪਰ ਮੁੱਖ ਪੰਜਾਬ, ਸ਼ਿਵ ਸੈਨਾ ਬਾਲ ਠਾਕਰੇ, ਆਪਣੇ ਦੇਸ਼ ਵਾਸੀਆਂ ਨੂੰ, ਖਾਸ ਕਰਕੇ ਬਟਾਲਾ ਨਿਵਾਸੀਆਂ ਅਤੇ ਪੰਜਾਬ ਨਿਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈ ਦਿੰਦਾ ਅਤੇ ਨਾਲ ਹੀ ਇਹਨਾਂ ਸਾਰਿਆਂ ਨੂੰ ਅਪੀਲ ਕਰਨਾ ਕਿ ਜਿਹੜੇ ਕਰੋਨਾ ਮਹਾਂਮਾਰੀ ਚੱਲ ਰਹੀ ਹੈ ਉਹਦੇ ਵਿੱਚ ਆਪਣਾ ਸਾਰਿਆਂ ਖਿਆਲ ਰੱਖਣ ਅਤੇ ਜਿੰਨਾ ਵੀ ਵੱਧ ਤੋਂ ਵੱਧ ਹੁੰਦਾ ਆਪਣਾ ਪਰਹੇਜ਼ ਕਰਨ ਤਾਂ ਜੋ ਇਸ ਬਿਮਾਰੀ ਦੇ ਉੱਪਰ ਕਾਬੂ ਪਾਇਆ ਜਾ ਸਕੇ। ਨੌਜਵਾਨਾਂ ਨੂੰ ਮੈਂ ਅਪੀਲ ਕਰਦਾ ਕਿ ਨਸ਼ੇ ਤੋਂ ਜਿਹੜੇ ਆ ਰਹਿਤ ਰਹਿਣ, ਕਿਉਂਕਿ ਇਹ ਜਿਹੜਾ ਵਾ ਨਸ਼ਾ ਸਾਡੇ ਦੇਸ਼ ਦਾ ਬਹੁਤ ਜ਼ਿਆਦਾ ਨੁਕਸਾਨ ਕਰਨ ਡਿਆ। ਅਤੇ ਮੈਂ ਇਸ ਵਾਰੀ ਦੁਬਾਰਾ ਫਿਰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੀਵਾਲੀ ਦੀ ਸਾਰਿਆਂ ਨੂੰ ਬਟਾਲਾ ਸ਼ਹਿਰ ਅਤੇ ਆਪਣੇ ਦੇਸ਼ ਨਿਵਾਸੀਆਂ ਨੂੰ ਵਧਾਈ ਦਿੰਦਾ, ਕਿਉਂਕਿ ਸਾਡੀ ਜਿਹੜਾ ਸਭ ਤੋਂ ਵੱਧ ਨੁਕਸਾਨ ਜਿਹੜਾ ਇਸ ਟਾਈਮ 'ਤੇ ਚੀਨ ਦੇ ਨਾਲ, ਚੀਨ ਕਰਨ ਡਿਆ, ਚੀਨ ਆਪਣੀ ਮਾਰਕੀਟ ਨੂੰ ਵਧਾਉਣ ਦੇ ਲਈ ਮੋਬਾਈਲ ਕੰਪਨੀਆਂ ਹੋਰ ਜਿਹੜਾ ਸਮਾਨ ਆ ਪਟਾਕੇ ਆਤਿਸ਼ਬਾਜ਼ੀ ਵਗੈਰਾ ਤਿਆਰ ਕਰ ਰਿਹਾ। ਮੈਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਨਾ ਕਿ ਇਸ ਸਮਾਨ ਦਾ, ਚੀਨੀ ਸਮਾਨ ਦਾ ਬਾਈਕਾਟ ਕੀਤਾ ਜਾਵੇ ਤਾਂ ਜੋ ਇਹਨੂੰ ਆਰਥਿਕ ਤੌਰ 'ਤੇ ਨੁਕਸਾਨ ਕੀਤਾ ਜਾ ਸਕੇ। ਮੈਂ ਪੁਨੀਤ ਮਹਾਜਨ, ਮਨੀਪਾਲ ਸਿਗਨਾ ਹੈਲਥ ਇੰਸ਼ੋਰੈਂਸ ਕੰਪਨੀ ਵੱਲੋਂ ਅਤੇ ਸਮੂਹ ਇੰਸ਼ੋਰੈਂਸ ਕੰਪਨੀਆਂ ਵੱਲੋਂ ਇਸ ਦੀਵਾਲੀ ਦੇ ਸ਼ੁਭ ਦਿਹਾੜੇ 'ਤੇ ਮੈਂ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਮਾਂ ਲਕਸ਼ਮੀ ਅੱਗੇ ਅਰਦਾਸ ਕਰਨਾ ਕਿ ਆਪਣੀ ਕਿਰਪਾ ਸਾਰਿਆਂ 'ਤੇ ਬਣਾਈ ਰੱਖਿਓ ਅਤੇ ਆਪਾਂ ਇੱਕ ਵਰਦਾਨ, ਇੱਕ ਇਸ ਵਾਰੀ ਸੰਕਲਪ ਲਈਏ ਕਿ ਆਪਾਂ ਇਸ ਵਾਰੀ ਜਿਹੜੀ ਦੀਵਾਲੀ ਹੈ ਉਹ ਆਪਾਂ ਗ੍ਰੀਨ ਦੀਵਾਲੀ ਮਨਾਈਏ, ਕਿ ਨਾ ਆਪਾਂ ਜ਼ਿਆਦਾ ਸ਼ੋਰ ਸ਼ਰਾਬਾ ਕਰੀਏ। ਪਹਿਲਾਂ ਹੀ ਇੱਕ ਬਹੁਤ ਵੱਡਾ ਕਰੋਨਾ ਰੂਪੀ ਜਿਹੜਾ ਕੋਵਿਡ ਸੀ ਉਹ ਸਾਡੇ ਕੋਲ ਅਜੇ ਲੰਘ ਰਿਹਾ ਹੈ ਅਤੇ ਪਰਮਾਤਮਾ ਅੱਗੇ ਮੈਂ ਅਰਦਾਸ ਕਰਨਾ ਕਿ ਪਰਮਾਤਮਾ ਇਸ ਦਾ ਜਲਦੀ ਤੋਂ ਜਲਦੀ ਖਾਤਮਾ ਕਰੇ ਅਤੇ ਆਪਣੀ ਕਿਰਪਾ ਸਭ 'ਤੇ ਬਣਾਈ ਰੱਖੋ, ਆਪਣਾ ਮਿਹਰ ਭਰਿਆ ਹੱਥ ਸਭ 'ਤੇ ਬਣਾਈ ਰੱਖਿਓ। ਜੈ ਮਾਤਾ ਦੀ। ਮੈਂ ਅਨੀਸ਼ ਅਗਰਵਾਲ, ਚੇਅਰਮੈਨ ਹਿਮਾਲਿਆ ਕਲਾ ਮੰਚ ਵੱਲੋਂ ਸਾਰੇ ਦੇਸ਼ ਨਿਵਾਸੀਆਂ ਨੂੰ ਦੀਵਾਲੀ ਦੀ, ਗੋਵਰਧਨ ਪੂਜਾ ਦੀ ਅਤੇ ਭਾਈ ਦੂਜ ਦੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ। ਅਤੇ ਮੈਂ ਇਹ ਕਹਿਣਾ ਚਾਹਾਂਗਾ ਇਸ ਦੀਵਾਲੀ ਦੇ ਉਪਲਕਸ਼ 'ਚ ਕਿ ਜਿਸ ਤਰ੍ਹਾਂ ਭਗਵਾਨ ਸ਼੍ਰੀ ਰਾਮ ਨੇ ਬੁਰਾਈ 'ਤੇ ਜਿੱਤ ਕੀਤੀ ਸੀ, ਸਾਡੇ ਵਰਗੀਆਂ ਸਮਾਜ ਸੇਵੀ ਸੰਸਥਾਵਾਂ ਨੂੰ, ਰਾਜਨੀਤਿਕ ਦਲਾਂ ਨੂੰ ਅਤੇ ਸਾਰੇ ਲੋਕਾਂ ਨੂੰ ਵੀ ਉਹੀ ਪਦ ਚਿੰਨ੍ਹਾਂ 'ਤੇ ਚੱਲ ਕੇ ਸਮਾਜ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਨੀ ਚਾਹੀਦੀ ਹੈ, ਜਿਹਦੇ ਨਾਲ ਸਮਾਜ ਦੇ ਵਿੱਚ ਜਿੰਨੀਆਂ ਵੀ ਬੁਰਾਈਆਂ ਵਾਂ ਉਹ ਸਾਰੀਆਂ ਖਤਮ ਕਰਨ 'ਚ ਸਾਰਿਆਂ ਲੋਕਾਂ ਦਾ ਸਹਿਯੋਗ ਹੋਵੇ। ਮੈਂ ਅਨੂ ਅਗਰਵਾਲ, ਸੰਜੀਵਨੀ ਦੀ ਅਧਿਆਕਸ਼, ਸਭ ਨੂੰ ਨਮਸਕਾਰ ਕਰਦੀ ਹਾਂ ਅਤੇ ਸਭ ਨੂੰ ਦੀਵਾਲੀ, ਗੋਵਰਧਨ ਪੂਜਾ ਅਤੇ ਬਾਈ ਦੂਜ ਦੀ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦੀ ਹਾਂ। ਸਭ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਘਰ ਦੀਆਂ ਜਲਾਉਣ ਤੋਂ ਪਹਿਲਾਂ ਗਰੀਬ ਲੋਕਾਂ ਬਾਰੇ ਵੀ ਸੋਚਣ ਅਤੇ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਤੋਂ ਮਾਲ ਖਰੀਦਣ ਤਾਂ ਕਿ ਉਹ ਵੀ ਖੁਸ਼ ਹੋ ਕੇ ਆਪਣੇ ਘਰ ਦੀਵਾਲੀ ਖੁਸ਼ੀ ਖੁਸ਼ੀ ਮਨਾਉਣ ਅਤੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਏ।